ਕਿਸੇ ਵੀ ਵੀਡੀਓ ਦੇ ਵਿਊ ਵਧਾਉਣ ਲਈ ਸਭ ਤੋਂ ਪਹਿਲਾਂ ਪਲੇ ਸਟੋਰ ਦੇ ਵਿੱਚ ਜਾ ਕੇ ਮਲਟੀ ਬਰਾਊਜ਼ਰ ਐਪ ਡਾਊਨਲੋਡ ਕਰ ਲਓ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰਾ ਤਾਂ ਪਹਿਲਾਂ ਹੀ ਡਾਊਨਲੋਡ ਕੀਤਾ ਹੋਇਆ ਅਤੇ ਮੈਂ ਹੁਣ ਇਹਨੂੰ ਓਪਨ ਕਰਦਾ। ਐਪ ਓਪਨ ਹੋ ਰਿਹਾ। How to make and withdraw? ਤੁਸੀਂ ਨਾ ਜਿਸ YouTube ਦੇ ਉੱਪਰ ਜਾ ਕੇ YouTube ਖੋਲ੍ਹ ਕੇ ਉਹਦੇ ਵਿੱਚ ਜਿਸ ਵੀ ਵੀਡੀਓ ਦਾ ਤੁਸੀਂ ਵਿਊ ਵਧਾਉਣੇ ਨੇ ਉਹਦਾ ਲਿੰਕ ਕਾਪੀ ਕਰ ਲਓ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਮੈਂ ਵੀਡੀਓ ਦੇਖ ਰਿਹਾ, ਵੀਡੀਓ ਦੇ ਵਿੱਚ ਕਿਸੇ ਇੱਕ ਵੀਡੀਓ ਨੂੰ ਸਿਲੈਕਟ ਕਰਦਾ ਅਤੇ ਇਹਦਾ ਲਿੰਕ ਕਾਪੀ ਕਰਦਾ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ। ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ਅੱਜ ਤੋਂ ਥੋੜ੍ਹਾ ਟਾਈਮ ਲੈ ਰਿਹਾ ਓਪਨ ਹੋਣ ਲਈ ਕਿਉਂਕਿ ਨੈੱਟ ਦੀ ਸਪੀਡ ਬਹੁਤ ਘੱਟ ਆ ਰਹੀ। ਜਿਹੜਾ ਲਿੰਕ ਕਾਪੀ ਕੀਤਾ ਉਹਨੂੰ ਇੱਥੇ ਪੇਸਟ ਕਰ ਦੇਣਾ ਅਤੇ ਏਟ ਵਿੰਡੋ ਦੇ ਉੱਪਰ ਕਲਿੱਕ ਕਰਨਾ। ਏਟ ਵਿੰਡੋ ਸਿਲੈਕਟ ਕਰਕੇ ਐਰੋ ਦੇ ਨਿਸ਼ਾਨ 'ਤੇ ਓਕੇ ਕਰੋ। ਜੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਏਟ ਵਿੰਡੋ ਓਪਨ ਹੋ ਗਈਆਂ ਨੇ, ਇੱਥੇ ਆਪਣੀ ਉਹ ਵੀਡੀਓ ਚੱਲੇਗੀ। ਨੈੱਟ ਦੀ ਸਪੀਡ ਘੱਟ ਹੋਣ ਕਰਕੇ ਪ੍ਰੋਬਲਮ ਆ ਰਹੀ ਆ। ਤੁਸੀਂ ਇਸ ਤਰ੍ਹਾਂ ਅਲੱਗ ਅਲੱਗ ਮੋਬਾਈਲ ਦੇ ਵਿੱਚ ਐਪ ਡਾਊਨਲੋਡ ਕਰਕੇ ਆਪਣਾ ਵਾਚ ਟਾਈਮ ਪੂਰਾ ਕਰ ਸਕਦੇ ਹੋ।